ਸਤਪਾਲ ਤੇਰਾ ਨਾਂ ਕੀ ਆ ਬਾਬਾ? ਹੈ ਕਮਲਜੀਤ। ਆ ਦੇਖੋ ਜੀ ਇਹ ਦੋ ਬੰਦੇ ਨੇ, ਇਹ ਇੱਥੇ ਜਿਹੜਾ ਆਪਣੇ ਪਟਿਆਲੇ ਵਾਲੇ ਲੱਗਦੇ ਜ਼ੀਰਕਪੁਰ ਪੀਰ ਬਾਬਾ ਹੈ ਨਾ, ਉੱਥੇ ਚੋਰੀ ਕਰਦੇ ਫੜੇ ਗਏ ਆ। ਤੇ ਇਹਨਾਂ ਦਾ ਕਟੱਪਾ ਤਾਰਿਆ ਜਨਤਾ ਨੇ ਬਹੁਤ ਜ਼ਿਆਦਾ। ਕੈਮਰੇ ਵਿੱਚ ਇਹ ਪਹਿਲਾਂ ਵੀ ਆਉਂਦੇ ਰਹੇ ਆ, ਪਹਿਲਾਂ ਵੀ ਚੋਰੀ ਕਰਦੇ ਰਹੇ। ਇਹਨਾਂ ਦੀਆਂ ਸ਼ਕਲਾਂ ਦੇਖ ਲਓ ਵੀਰੇ, ਜਿੱਥੇ ਵੀ ਇਹ ਬੰਦੇ ਦਿਖਣ ਠੀਕ ਆ, ਇਹਨਾਂ ਨੂੰ ਧਿਆਨ ਰੱਖਣਾ। ਥੋੜ੍ਹਾ ਜਿਹਾ ਚੋਰੀਆਂ ਕਰਦੇ ਆ, ਇਹ ਗੱਲਿਆਂ 'ਚ ਹੱਥ ਪਾਉਂਦੇ ਆ ਜਾ ਕੇ ਧਾਰਮਿਕ ਸਥਾਨਾਂ, ਸਾਰਿਆਂ ਦੇ ਸਾਰੇ ਧਾਰਮਿਕ ਸਥਾਨਾਂ ਦੇ ਉੱਤੇ। ਨਾਮ ਦੱਸ ਤੇਰਾ ਕੀ ਹੈ? ਸਤਪਾਲ। ਕਿੱਥੇ ਦਾ ਤੂੰ? ਚੰਡੀਗੜ੍ਹ। ਹਿਮਾਚਲ ਕਿੱਥੇ ਦਾ? ਚੰਡੀਗੜ੍ਹ। ਚੰਡੀਗੜ੍ਹ ਕਿੱਥੇ ਦਾ? 40 ਸੈਕਟਰ। 41 ਸੈਕਟਰ? 41 ਦਾ ਤਾਂ ਨਹੀਂ ਤੂੰ ਹੈਗਾ। ਅੱਛਾ ਤੂੰ ਕਿੱਥੋਂ ਦਾ ਬਾਈ? ਮੈਂ ਵੀ ਚੰਡੀਗੜ੍ਹ ਰਹਿੰਦਾ। ਚੰਡੀਗੜ੍ਹ ਦੇ ਨਾਲ ਹੀ ਰਹਿਣਾ? ਬੱਸ ਸਟੈਂਡ ਪੈਂਦਾ ਜੀ। ਬੱਸ ਸਟੈਂਡ ਤੇ ਚੋਰੀਆਂ ਕਾਹਤੋਂ ਕਰਦੇ ਹੋ? ਮੇਰੇ ਪਹਿਲੀ ਵਾਰੀ ਹੋਈ। ਭੈਣ ਜੀ ਪਹਿਲੀ ਵਾਰ ਇੱਕ ਪਾਈ ਵੀ ਬੱਸ ਸਟੈਂਡ ਵਾਲੇ ਕੱਪੜੇ ਸਾਰੇ 150 ਰੁਪਏ ਡੰਡਾ ਲਿਆ ਆਪਣੇ ਨੂੰ ਪਤਾ ਨਹੀਂ ਸਮਝ ਰਿਹਾ ਕਿ ਉਹ ਡੰਡਾ ਮੰਗਵਾ।